ਯੂਆਰ ਦਾ ਰੁਜ਼ਗਾਰ ਤਾਂ ਬਹੁਤ ਬੜਾ ਰੁਜ਼ਗਾਰ ਦਾ ਡਾਇਰੈਕਟਰੀ ਔਰ ਇਨਡਾਇਰੈਕਟਰੀ ਬਹੁਤ ਸਾਰੇ ਲੋਕ ਵਹਾਂ ਰੋਜ਼ਗਾਰ ਕਾ ਸਾਧਨ ਬਣਾ ਥਾ ਲੇਕਿਨ ਨੀਤੀਓ ਕੇ ਕਾਰਨ ਵੋ ਬੰਦ ਕਰਦੀ ਆਜ ਜੋ ਯੁਵਾ ਹੈ ਵੋ ਬੇਰੋਜ਼ਗਾਰ ਹੈ ਔਰ ਵੋ ਬੇਰੋਜ਼ਗਾਰੀ ਕੇ ਕਾਰਨ ਗਲਤ ਰਸਤੇ ਜਾ ਰਹਾ ਹੈ ਆਜ ਹਰ ਕੇ ਕਾ ਇੱਕ ਇੱਕ ਬੱਚਾ ਰਹਿ ਗਿਆ ਜਿਸ ਕਾ ਇੱਕ ਬੱਚਾ ਨਸ਼ੇ ਦੀ ਵਜ੍ਹਾ ਸੇ ਗਲਤ ਰਸਤੇ ਮੇ ਚਲਾ ਜਾਏ ਉਸਕੀ ਪੀੜ੍ਹੀ ਬਰਬਾਦ ਹੋ ਜਾਤੀ ਹੈ ਸਾਥੀਓ ਆਪਕੋ ਸੋਚਣਾ ਪੜੇਗਾ ਸੋਚ ਸਮਝ ਕਰ ਆਪਣੇ ਵੋਟ ਦੇਣਾ ਮੈਂ ਸਭੀ ਕੋ ਅਪੀਲ ਕਰਨਾ ਚਾਹਤਾ ਹੂੰ ਆਮ ਆਦਮੀ ਪਾਰਟੀ ਪੰਚਕੁਲਾ ਆਪਕੇ ਸਾਥ ਹੈ 10 ਲੋਕ ਸਭਾ ਸੀਟੋ ਮੈਂ ਏਕ ਲੋਕ ਸਭਾ ਸੀਟ ਹੈ ਕੋ ਖੇਤਰ ਵੋ ਹਮਾਰੇ ਅਲਾਇੰਸ ਕੋਟੇ ਮੈਂ ਆਈ ਹੈ ਨੌਜਾ ਗਠਬੰਧਨ ਕਾ ਸਾਥ ਹੈ ਕਿ ਏਕ ਏਕ ਬੂਥ ਵਾਜ ਉੱਪਰ ਹਮ ਪੂਰਾ ਸਾਥ ਦੇਤੇ ਹੈ ਔਰ ਮੈਂ ਵਰਨ ਜੀ ਕੋ ਆਸ਼ਵਾਸਨ ਦੇਣਾ ਚਾਹਤਾ ਹੂੰ ਕਿ ਹਮ ਪੂਰੇ ਤਾਲੁਕ ਤਾਂ ਸੇ ਆਮ ਆਦਮੀ ਪਾਰਟੀ ਕੇ ਜਿਤਨੇ ਵੀ ਹਮਾਰੇ ਵਰਕਰ ਹੈ ਵਲੰਟੀਅਰ ਹੈ ਵੋ ਤੰਗ ਨਹੀਂ ਸੇ ਇਨਕਾ ਸਾਥ ਦੇਗੇ ਮੈਂ ਜ਼ਿਆਦਾ ਸਮਾਂ ਨਹੀਂ ਲੂੰਗਾ ਆਪ ਬਹੁਤ ਦੇਰ ਸੇ ਬੈਠੇ ਹੋ ਸਾਡੇ 11 ਵਜੇ ਦਾ ਟਾਈਮ ਥਾ ਅਬ ਡੇਢ ਘੰਟਾ ਉੱਪਰ ਬੀਤ ਗਿਆ ਔਰ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਨੇ ਇਤਨੀ ਦੇਰ ਆਪਣੇ ਹਰਮਨ ਪਿਆਰੇ ਲੀਡਰ ਕੋ ਸੁਣਨੇ ਕੇ ਲਈ ਆਪ ਸਭ ਲੋਕ ਬੈਠੇ ਹੋ ਸਭ ਲੋਕ ਇੱਕ ਫਿਰ ਇੱਕ ਵਾਰ ਹੱਥ ਜੋੜ ਕੇ ਮੈਂ ਬੇਨਤੀ ਕਰਨਾ ਚਾਹਤਾ ਹੂੰ ਜੋ ਲੋਕ ਚਾਹਤੇ ਹੈ ਆਪਣੇ ਬੱਚੋਂ ਕੀ ਪੜ੍ਹਾਈ ਕੇ ਲੀਏ ਜੋ ਲੋਕ ਚਾਹਤੇ ਹੈ ਇੰਡੀਆ ਗਠਬੰਧਨ ਕੋ ਜਿਤਾਨੇ ਕੇ ਲੀਏ ਮੈਂ ਦੋ ਨਾਰੇ ਮਾਰੂੰਗਾ ਹੱਥ ਉੱਪਰ ਖੜੇ ਕਰਕੇ ਉਸ ਨਾਰੇ ਕਾ ਜਵਾਬ ਇੰਡੀਆ ਗਠਬੰਧਨ ਜ਼ਿੰਦਾਬਾਦ ਇੰਡੀਆ ਗਠਬੰਧਨ ਜ਼ਿੰਦਾਬਾਦ ਵਰਨ ਜੀ ਜੋ ਰਾਜਨੀਤਿਕ ਪਰਿਵਾਰ ਸੇ ਹੈ ਮੌਜੂਦਾ ਐਮਐਲਏ ਵੀ ਹੈ ਔਰ ਉਨਕੇ ਪਿਤਾ ਬਹੁਤ ਹੀ ਸਨਮਾਨਯੋਗ ਥੇ ਹਰਿਆਣਾ ਮੇਂ ਬਹੁਤ ਅੱਛਾ ਨਾਮ ਥਾ ਔਰ ਅੱਛਾ ਕਾਮ ਕਰਾ ਉਹਨੇ ਆਜ ਵੋ ਕਾਲਕਾ ਮੇਂ ਪਹਿਲੀ ਵਾਰ ਆਏ ਹੈ ਆਮ ਆਦਮੀ ਪਾਰਟੀ ਕੀ ਤਰਫ ਸੇ ਮੈਂ ਉਨਕਾ ਨਿੱਘਾ ਸਵਾਗਤ ਕਰਤਾ ਹੂੰ ਔਰ ਉਨਕੋ ਕਹਿਣਾ ਚਾਹਤਾ ਹੂੰ ਕਿ ਆਮ ਆਦਮੀ ਪਾਰਟੀ ਕਾਲਕਾ ਵਿਧਾਨ ਸਭਾ ਕਾ ਏਕ ਏਕ ਵਰਕਰ ਏਕ ਏਕ ਲੀਡਰ ਉਨਕੋ ਹਰ ਬੂਥ ਮੇਂ ਆਪਣੀ ਜਾਨ ਲਗਾ ਦੇਗਾ ਔਰ ਉਸਸੇ ਪਹਿਲੇ ਮੈਂ ਨਾਮ ਲੈਣਾ ਥੋੜਾ ਸਾ ਭੁੱਲ ਗਿਆ ਕਿਉਂਕਿ ਮੈਂ ਸਟੇਜ ਕੇ ਬਾਰੇ ਮੇਂ ਬੋਲ ਰਹਾ ਥਾ ਆਜ ਜਿਨ੍ਹੋਂ ਨੇ ਜੋ ਬਣਾ ਰੱਖਾ ਹੈ ਧਰਮ ਕੇ ਨਾਮ ਕੇ ਵੋਟ ਕਿਉਂ ਮਾਰਤੇ ਹੋ ਅਗਰ ਆਪਨੇ ਡਿਵੈਲਪਮੈਂਟ ਕਰੀ ਹੈ ਆਪਨੇ ਕੋਈ ਮੈਡੀਕਲ ਕਾਲਜ ਖੋਲੇ ਹੈ ਅਗਰ ਆਪਨੇ ਕੋਈ ਕਾਲਜ ਬਣਾਇਆ ਹੈ ਕੋਈ ਇੰਡਸਟਰੀ ਲਗਾਈ ਹੈ ਕੋਈ ਫੈਕਟਰੀ ਹੈ ਤਾਂ ਉਸਦੇ ਨਾਮ ਪਰ ਵੋਟ ਮਾਰੋ ਆਪ ਧਰਮ ਕੇ ਨਾਮ ਪਰ ਵੋਟ ਕਿਉਂ ਮਾਰਤੇ ਹੋ ਧਰਮ ਹਮੇ ਖਾਣੇ ਕੇ ਲੀਏ ਨਹੀਂ ਦੇਗਾ ਧਰਮ ਨਾਮ ਕੀ ਕੋਈ ਚੀਜ਼ ਨਹੀਂ ਹੋਗੀ ਸਬਸੇ ਪਹਿਲੇ ਇਨਸਾਨੀਅਤ ਹੋਤੀ ਹੈ ਜਬ ਹਮੇ ਕਿਸੀ ਕੋ ਬਲੱਡ ਕੀ ਜ਼ਰੂਰਤ ਹੋਤੀ ਹੈ ਖੂਨ ਕੋ ਖੂਨ ਕੀ ਜ਼ਰੂਰਤ ਹੋਤੀ ਹੈ ਤਬ ਕੋ ਹਮ ਧਰਮ ਨਹੀਂ ਦੇਖਤੇ ਤਬ ਕੋ ਹਮ ਨਹੀਂ ਜਾਣਤੇ ਕਿ ਜੇ ਮੁਸਲਮਾਨ ਦਾ ਜੇ ਹਿੰਦੂ ਦਾ ਜੇ ਸਿੱਖ ਦਾ ਤਬ ਹਮ ਕਹਤੇ ਹੈ ਜਲਦੀ ਸੇ ਜਲਦੀ ਬਲੱਡ ਚੜਾਓ ਹਮਾਰੀ ਜਾਨ ਬਚ ਜਾਏ ਮੈਂ ਆਪ ਸਭ ਕੋ ਅਪੀਲ ਕਰਨਾ ਚਾਹਤਾ ਹੂੰ ਕਿ ਆਪ ਆਪਣੇ ਬੱਚੋ ਕੇ ਫਿਊਚਰ ਕੇ ਲੀਏ ਆਪ ਆਪਣੇ ਯੁਵਾ ਕੇ ਰੋਜ਼ਗਾਰ ਕੇ ਲੀਏ ਆਪ ਸੋਚ ਸਮਝ ਕਰ ਵੋਟ ਡਾਲ